ਪ੍ਰੋਗਰਾਮ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਅਜਿਹੀਆਂ ਅਜ਼ੀਮ ਸ਼ਖਸੀਅਤਾਂ ਨਾਲ ਕਰਾਉਂਦੇ ਰਹਿੰਦੇ ਹਾਂ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਕੁਝ ਵੱਡੀਆਂ ਮੱਲਾਂ ਮਾਰੀਆਂ ਹੁੰਦੀਆਂ ਨੇ। ਅੱਜ ਸਾਡੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਜੀ ਖਾਲਸਾ। ਖਾਲਸਾ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਿੰਦਰ ਸਿੰਘ ਖਾਲਸਾ ਹੋਰਾਂ ਨੇ ਜਿੱਥੇ ਰਾਜਨੀਤਿਕ ਖੇਤਰ ਦੇ ਵਿੱਚ ਸਿਕਸ ਪੈਕ ਬਣਾ ਕੇ ਸਿੱਖ ਰਾਜਨੀਤੀ ਨੂੰ ਅਮੈਰੀਕਾ ਦੇ ਵਿੱਚ ਇੱਕ ਨਵੀਂ ਦਿਸ਼ਾ ਦਿੱਤੀ ਹੈ, ਉੱਥੇ ਨਾਲ ਹੀ ਉਹਨਾਂ ਨੇ ਇੰਡੀਆਨਾ ਸਟੇਟ ਦੇ ਵਿੱਚ ਕਾਰੋਬਾਰੀ ਤੌਰ 'ਤੇ ਵੀ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ। ਖਾਲਸਾ ਜੀ, ਜੇ ਤੁਹਾਡੇ ਕਾਰੋਬਾਰੀ ਸਫ਼ਰ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ, ਤੁਸੀਂ ਕਿੱਥੋਂ ਚੱਲੇ ਅਤੇ ਇਹ ਸਫ਼ਰ ਤੁਹਾਡਾ ਅਮੈਰੀਕਾ ਤੱਕ ਦਾ ਕਿਸ ਤਰ੍ਹਾਂ ਪੂਰਾ ਹੋਇਆ? ਵਾਹਿਗੁਰੂ, ਮੇਰਾ ਜਨਮ 'ਚ ਹਰਿਆਣਾ ਅਤੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਦੋਈ ਦੇ ਵਿੱਚ ਹੋਇਆ ਜੀ। ਅਤੇ ਮੁੱਢਲੀ ਜਿਹੜੀ ਮੇਰੀ ਐਜੂਕੇਸ਼ਨ ਸੀ ਉਹ ਵੀ ਪਿੰਡ ਤੋਂ ਸੀ। ਉਸ ਤੋਂ ਬਾਅਦ ਆਈ ਗੋਟ ਪ੍ਰਿਵਿਲੇਜਡ ਕਿ ਬੋਰਡਿੰਗ ਸਕੂਲ 'ਚ ਚਲੇ ਗਏ, ਚੰਡੀਗੜ੍ਹ ਮਿਨਰਵਾ ਪਬਲਿਕ ਸਕੂਲ 'ਚ। ਉਸ ਤੋਂ ਪਲੱਸ ਟੂ ਕਰਕੇ ਫਿਰ ਡੀ ਏ ਵੀ ਕਾਲਜ ਤੋਂ ਜਿਹੜੀ ਇਹ ਬੈਚਲਰ ਡਿਗਰੀ ਕੀਤੀ। ਫਿਰ ਮਾਸਟਰਸ ਆਈ ਡਿਡ ਇਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸਟਰ ਡਿਗਰੀ ਕੀਤੀ। ਔਰ ਉਸ ਤੋਂ ਬਾਅਦ ਜਿਹੜੇ ਨੇ ਆਈ ਰੋਟ 4 ਰਿਸਰਚ ਪੇਪਰਸ, 4 ਜਿਹੜੇ ਰਿਸਰਚ ਪੇਪਰ ਲਿਖੇ, ਦੋਜ਼ ਵਰ ਪਬਲਿਸ਼ਡ ਇਨ ਦੀ ਯੂ ਐੱਸ ਜੀਓਗ੍ਰਾਫਿਕ ਜਰਨਲ। ਤੋ ਇਸ ਤਰ੍ਹਾਂ ਮੈਨੂੰ ਜਿਹੜੀ ਇਹ ਯੂ ਐੱਸ ਡਿਪਾਰਟਮੈਂਟ ਆਫ ਇੰਟੀਰੀਅਰ ਨੇ ਬੁਲਾਇਆ ਅਤੇ ਉੱਥੇ 1996 ਨੂੰ ਅਮਰੀਕਾ ਦੀ ਧਰਤੀ 'ਚ ਪਹੁੰਚੇ। ਇਹ ਜਿਹੜਾ ਤੁਸੀਂ ਹੁਣ ਸਿਕਸ ਪੈਕ ਬਣਾਇਆ ਹੈ, ਇਸ ਤੋਂ ਪਹਿਲਾਂ ਤੁਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਕੁਛ ਪ੍ਰਾਪਤੀਆਂ ਕੀਤੀਆਂ, ਸਾਡੇ ਦਰਸ਼ਕਾਂ ਲਈ ਇਹ ਵੀ ਤੁਸੀਂ ਜਾਣਕਾਰੀ ਦਿਓ। ਉਸ ਤੋਂ ਪਹਿਲਾਂ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜੇ ਅਮਰੀਕਾ 'ਚ ਜਾ ਕੇ ਕੋਈ ਇੰਨਾ ਆਸਾਨ ਨਹੀਂ ਹੈਗਾ ਜਿਹੜਾ ਇੱਥੋਂ ਲੱਗਦਾ ਵੀ ਬੰਦਾ ਜਾਂਦਾ ਅਤੇ ਉੱਥੇ ਜਾ ਕੇ ਫਟਾਫਟ ਕੋਈ ਕਾਮਯਾਬ ਹੋ ਜਾਂਦਾ। ਇਹਦੇ ਪਿੱਛੇ ਬਹੁਤ ਜਦੋਂ ਜਹਿਦ ਘਾਲਣਾ ਘਾਲਣੀ ਪੈਂਦੀ ਹੈ। ਔਰ ਜਾ ਕੇ ਦੁਬਾਰਾ ਫਿਰ ਮੈਨੂੰ ਦੁਬਾਰਾ ਤੋਂ ਆਈ ਡਿਡ ਮਾਈ ਐਡਵਾਂਸ ਪ੍ਰੋਗਰਾਮ ਇਨ ਬਿਜ਼ਨਸ ਫਾਈਨੈਂਸ ਫਰੋਮ ਯੂ ਸੀ ਬਰਕਲੇ। ਉੱਥੇ ਕਰਨ ਤੋਂ ਬਾਅਦ ਫੁੱਲ ਟਾਈਮ ਨਾਲੇ ਪੜ੍ਹਨਾ ਨਾਲੇ ਕੰਮ ਕਰਨਾ। ਸੋ ਫਾਈਨਲੀ ਆਫਟਰ ਕੰਪਲੀਟਿੰਗ ਮਾਈ ਪ੍ਰੋਗਰਾਮ ਦੈਨ ਆਈ ਵਰਕ ਫਾਰ ਦੀ ਫਾਈਨੈਂਸ ਐਂਡ ਇੰਸ਼ੋਰੈਂਸ ਕੰਪਨੀ 'ਚ ਕੰਮ ਕੀਤਾ। ਫਿਰ ਉਸ ਤੋਂ ਬਾਅਦ 2001 ਦੇ ਵਿੱਚ ਜਿਹੜਾ ਆਪਣੇ ਬਿਜ਼ਨਸ ਦੇ ਵਿੱਚ ਆਪਣਾ ਬਿਜ਼ਨਸ ਲਿਆ ਰੀਅਲ ਸਟੇਟ ਦਾ, ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ ਜਿਹੜਾ ਸੀ ਅਸੀਂ ਪਹਿਲਾਂ ਜਿਹੜਾ 2001 ਤੋਂ ਸ਼ੁਰੂ ਕੀਤਾ। ਐਂਡ ਨਾਓ ਵੀ ਬਿਨ ਡਿਵੈਲਪਿੰਗ ਗੈਸ ਸਟੇਸ਼ਨਸ ਡਿਵੈਲਪ ਕਰਨੇ ਆ ਅੱਗੇ, ਔਰ ਜਿਹੜੇ ਕਮਰਸ਼ੀਅਲ ਪ੍ਰੋਪਰਟੀਜ਼ ਨੇ ਉਹਦੇ ਵਿੱਚ। ਔਰ ਪਿਛਲੇ 10 ਸਾਲਾਂ ਤੋਂ ਅਸੀਂ ਉੱਥੋਂ ਫਿਰ ਮੂਵ ਹੋ ਗਏ ਇੰਡੀਆਨਾ ਦੇ ਵਿੱਚ ਜੀ। ਇੰਡੀਆਨਾ ਦੇ ਵਿੱਚ ਸਾਡਾ ਜਿਹੜਾ ਆਪਣਾ ਜਿਹੜਾ ਕਮਰਸ਼ੀਅਲ ਰੀਅਲ ਸਟੇਟ ਦਾ ਬਿਜ਼ਨਸ ਹੈ, ਨਾਲ ਆਪਣੇ ਗੈਸ ਸਟੇਸ਼ਨ ਟਰੱਕ ਸਟੋਪਸ ਵਗੈਰਾ ਨੇ। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੈਸ ਸਟੇਸ਼ਨ ਬਿਜ਼ਨਸ ਦੇ ਵਿੱਚ, ਗੈਸ ਸਟੇਸ਼ਨ ਬਿਜ਼ਨਸ ਦੇ ਵਿੱਚ ਆਉਣ ਦਾ ਕੋਈ ਖਾਸ ਕਾਰਨ ਸੀਗਾ, ਜਾਂ ਜਿਵੇਂ ਆਪਣੇ ਆਮ ਲੋਕ ਜਿਹੜੇ ਅਮੈਰੀਕਾ ਦੇ ਵਿੱਚ ਹੈਗੇ ਨੇ ਕਿ ਤੁਸੀਂ ਜੇ ਜ਼ਿਆਦਾ ਲੋਕ ਟੈਕਸੀ ਚਲਾਉਂਦੇ ਨੇ ਟੈਕਸੀ ਚਲਾ ਲਓ, ਜੇ ਲਿਕਰ ਸਟੋਰ ਲੈਣ ਲੱਗੇ ਲਿਕਰ ਸਟੋਰ ਲੈ ਲਓ, ਜੇ ਗੈਸ ਸਟੇਸ਼ਨ ਲਾਈਨ ਦੇ ਵਿੱਚ ਜਾਣਾ ਤਾਂ ਗੈਸ ਸਟੇਸ਼ਨ 'ਤੇ ਲੈ ਲਓ। ਇਹ ਸਬੱਬ ਬਣਿਆ ਜਾਂ ਕਿਸ ਤਰ੍ਹਾਂ ਨਾਲ ਤੁਸੀਂ ਇਸ ਬਿਜ਼ਨਸ 'ਚ ਆਏ? ਸਬੱਬ ਇੱਦਾਂ ਬਣਿਆ ਕਿ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਬੜਾ ਅੱਛਾ ਮੇਰੀ ਜੋਬ ਸੀਗੀ ਐਂਡ ਆਈ ਵਾਜ਼ ਵੈਰੀ ਸਕਸੈਸਫੁਲ ਇਨ ਦੈਟ, ਜਿਹੜਾ ਫਾਈਨੈਂਸ ਦੇ ਵਿੱਚ ਅਤੇ ਇੰਸ਼ੋਰੈਂਸ ਦੇ ਵਿੱਚ ਕਿ। ਪਰ ਇੱਕ ਦਿਨ ਸੁਭਾਵਕ ਹੀ ਇੱਕ ਬੁੱਕ ਪੜ੍ਹ ਰਿਹਾ ਸੀ ਥਿੰਕ ਐਂਡ ਗਰੋ ਰਿਚ, ਉਹ 'ਚ ਲਿਖਿਆ ਸੀ ਫਸਟ ਯੂ ਵਰਕ ਫੋਰ ਦਾ ਮਨੀ ਦੈਨ ਮਨੀ ਸ਼ੁੱਡ ਵਰਕ ਫੋਰ ਯੂ। ਅਤੇ ਉਹਦੇ ਵਿੱਚ ਸੋਚਿਆ ਕਿ ਯਾਰ ਪੈਸੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਪੈਸਾ ਕਮਾ ਰਹੇ ਹਾਂ, ਪਰ ਪੈਸਾ ਸਾਡੇ ਵਾਸਤੇ ਕੰਮ ਨਹੀਂ ਕਰ ਰਿਹਾ। ਤਾਂ ਪੈਸਾ ਕਦੋਂ ਕੰਮ ਕਰੇਗਾ? ਜਦੋਂ ਵੈਨ ਯੂ ਪੁੱਟ ਮਨੀ ਔਨ ਐਟ ਵਰਕ ਐਂਡ ਦੈਨ ਮਨੀ ਵਿਲ ਵਰਕ ਫੋਰ ਯੂ। ਤਾਂ ਉਸ ਤੋਂ ਇਹ ਹੋਇਆ ਕਿ ਜਿਹੜਾ ਸਾਰੀ ਜ਼ਿੰਦਗੀ ਜਿਹੜਾ ਜੇ ਤੁਸੀਂ ਜੋਬ 'ਚ ਕੰਮ ਕਰਦੇ ਹੋ ਅਤੇ ਤੁਸੀਂ ਯੂ ਆਰ ਵਰਕਿੰਗ ਫੋਰ ਇਟ, ਅਤੇ ਇਹ ਸੋਚਿਆ ਕਿ ਕੋਈ ਐਸਾ ਬਿਜ਼ਨਸ ਕਰੀਏ ਜਿਹਦੇ ਵਿੱਚ ਟੈਂਪਰਰੀ ਤਾਂ ਤੁਸੀਂ ਬਿਜ਼ਨਸ ਕਰੋ ਲੇਕਿਨ ਅਲਟੀਮੇਟਲੀ ਯੂ ਸ਼ੁੱਡ ਨਾਟ ਵਰਕ ਥਰੂ ਆਊਟ ਯੂਰ ਲਾਈਫ ਫੋਰ ਯੂਰ ਮਨੀ। ਤਾਂ ਇਸ ਕਰਕੇ ਫਿਰ ਅਸੀਂ ਜਿਹੜਾ ਆਪਣੇ ਜਿਹੜਾ ਘਰ ਸੀ ਉਹਦੇ ਤੋਂ ਅਸੀਂ ਲਾਈਨ ਆਫ ਕ੍ਰੈਡਿਟ ਚੱਕ ਕੇ ਪਹਿਲਾਂ ਇੱਕ ਗੈਸ ਸਟੇਸ਼ਨ ਅਸੀਂ ਰੀਨੋ ਦੇ ਵਿੱਚ 2001 ਦੇ ਵਿੱਚ ਲਿਆ। ਉਸ ਤੋਂ ਫਿਰ ਵੀ ਸਟਾਰਟ ਡੁਪਲੀਕੇਟਿੰਗ ਦੈਟ। ਕਾਰੋਬਾਰੀ ਤੌਰ 'ਤੇ ਤੁਸੀਂ ਸਥਾਪਿਤ ਆਪਣੇ ਆਪ ਨੂੰ ਕੀਤਾ, ਮੇਰਾ ਵੀ ਜਿੰਨਾ ਕੁ ਐਕਸਪੀਰੀਅੰਸ ਮੈਂ ਦੇਖਦਾ ਆਮ ਲੋਕਾਂ ਨੂੰ ਵਿਚਰਦਿਆਂ, ਕਈ ਵਾਰੀ ਇਹੋ ਜਿਹੀਆਂ ਗੱਲਾਂ ਦਾ ਕਰਕੇ ਤੁਸੀਂ ਕਾਰੋਬਾਰ ਦੇ ਵਿੱਚ ਚਲੇ ਜਾਂਦੇ ਹੋ, ਪਰ ਤੁਹਾਡੀ ਕਿਉਂਕਿ ਫਾਈਨਾਂਸ ਦੀ ਪੜ੍ਹਾਈ ਸੀਗੀ, ਤੁਹਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਸੀ, ਤੁਹਾਨੂੰ ਕੀ ਲੱਗਦਾ ਆ
ਕਿ ਸਾਡੇ ਲੋਕ ਜਿਹੜੇ ਜਦੋਂ ਇਹਨਾਂ ਕਾਰੋਬਾਰਾਂ ਦੇ ਵਿੱਚ ਪੈਂਦੇ ਨੇ ਉਦੋਂ ਪਹਿਲਾਂ ਬਿਜ਼ਨਸ ਪਲਾਨ ਬਣਾਉਣੀ ਜਾਂ ਬਿਜ਼ਨਸ ਬਾਏ ਕਰਨ ਲਈ ਕੁਛ ਇਸ ਤਰ੍ਹਾਂ ਦੇ ਐਕਸਪੀਰੀਅੰਸ, ਇਹ ਜਿਹੜਾ ਤੁਹਾਡਾ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ, ਕੀ ਕਹੋਗੇ ਸਾਡੇ ਦਰਸ਼ਕਾਂ ਲਈ? ਤੁਸੀਂ ਕੀ ਸਮਝਦੇ ਹੋ ਕਿ ਬਿਜ਼ਨਸ ਪਲਾਨ ਬਣਾਉਣੀ, ਉਹਦੇ ਬਾਰੇ ਸਟੱਡੀਜ਼ ਕਰਨੀਆਂ, ਇਹ ਜ਼ਰੂਰੀ ਨੇ ਜਾਂ ਤੁਸੀਂ ਇਸ ਕੰਮ ਲਈ ਪੈ ਜਾਓ? ਦੇਖੋ, ਇਹ ਬਿਜ਼ਨਸ ਪਲਾਨ ਜ਼ਰੂਰੀ ਨੇ, ਬਟ ਉਹ ਸੈਕੰਡਰੀ ਨੇ। ਪਹਿਲਾਂ ਤੁਹਾਡਾ ਹੈਗਾ ਜਜ਼ਬਾ, ਕਿ ਤੁਸੀਂ, ਤੁਹਾਡੇ ਕੋਲ ਇੱਕ ਜਜ਼ਬਾ ਹੋਣਾ ਚਾਹੀਦਾ ਕਿ ਯੈਸ ਮੈਂ ਬਿਜ਼ਨਸ ਕਰਨਾ ਨੋ ਮੈਟਰ ਵਟ। ਫਿਰ ਜੋ ਤੁਸੀਂ ਬਿਜ਼ਨਸ ਕਰਦੇ ਹੋ ਉਹ ਤੁਸੀਂ ਜਦੋਂ ਇਹ ਸੋਚ ਲਿਆ ਯੈਸ ਮੈਂ ਬਿਜ਼ਨਸ ਕਰਨਾ, ਫਿਰ ਉਹ ਜਿਹੜੀਆਂ ਨੇ ਬਿਜ਼ਨਸ ਕਿਵੇਂ ਕਰਨਾ ਉਹ ਪਲੈਨਿੰਗ ਸਟੇਜ ਬਾਅਦ 'ਚ ਨੇ। ਤੁਹਾਡਾ ਇੱਕ ਮਾਣ ਬਣਨਾ ਚਾਹੀਦਾ ਕਿ ਤੁਸੀਂ ਬਿਜ਼ਨਸ ਕਰਨਾ, ਕਿਉਂਕਿ ਮੈਂ ਇੱਕ ਚੀਜ਼ ਇੱਥੇ ਸ਼ੇਅਰ ਕਰਨਾ ਚਾਹੁੰਦਾ ਕਿ ਈਦਰ ਯੂ ਸ਼ੁੱਡ ਹੈਵ ਯੂਰ ਓਨ ਪਲੈਨ ਯੂਰ ਬਿਜ਼ਨਸ ਔਰ ਯੂਰ ਲਾਈਫ। ਇਫ ਯੂ ਡੂ ਨਾਟ ਹੈਵ ਯੂਰ ਓਨ ਪਲੈਨ ਯੂ ਐਂਡ ਅਪ ਇਨ ਟੂ ਸਮਬਡੀ ਐਲਸ ਪਲੈਨ ਐਂਡ ਗੈਸ ਵਟ ਦੇ ਗਾਡ ਫੋਰ ਯੂ ਨਥਿੰਗ ਨਾਟ ਦੈਟ ਮੱਚ। ਇਸ ਕਰਕੇ ਬੰਦੇ ਦੀ ਆਪਣੀ ਪਲੈਨ ਜਿਹੜੀ ਹੈ, ਪਲੈਨ ਦੋ ਪਲੈਨਾਂ ਨੇ। ਇੱਕ ਤਾਂ ਪਲੈਨ ਤੁਸੀਂ ਕਰਨੀ ਹੈ ਕਿ ਮੈਂ ਕਿਸੇ ਦੇ ਅੱਗੇ ਕੰਮ ਨਾ ਕਰਕੇ, ਜਿਹੜੇ ਕਿ ਪੰਜਾਬੀ ਬਹੁਤ ਸਾਰੇ ਜਿਹੜੇ ਨੇ ਉਹ ਐਸੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਅੱਗੇ ਕੰਮ ਕੀਤਾ ਜਾਏ ਅਮਰੀਕਾ ਦੇ ਵਿੱਚ। ਖਾਸ ਕਰਕੇ ਆਪਣਾ ਕੰਮ ਕਰੋ, ਭਾਵੇਂ ਛੋਟਾ ਹੋਏ ਵੱਡਾ ਹੋਏ। ਇੱਕ ਤਾਂ ਉਹ ਤੁਸੀਂ ਪਲੈਨ ਬਣਾਉਣੀ ਵੀ ਮੈਂ ਆਪਣਾ ਕੰਮ ਕਰਨਾ, ਫਿਰ ਪਲੈਨ ਇਹ ਹੈਗਾ ਕਿ ਉਹ ਕੰਮ ਨੂੰ ਕਿਵੇਂ ਕਰਨਾ, ਉਹ ਸੈਕੰਡਰੀ ਹੈ। ਉਹ ਜੇ ਤੁਹਾਡੇ ਕੋਲ ਨਹੀਂ ਵੀ ਪਲੈਨ ਹੁੰਦੇ, ਦੇ ਆਰ ਸੋ ਮੈਨੀ ਥਿੰਗਸ ਯੂ ਕੈਨ ਗੈਟ ਦੈਟ ਫਰੋਮ ਡਿਫਰੈਂਟ ਕੰਪਨੀਜ਼ ਜਿਹੜੀਆਂ ਤੁਹਾਡੇ ਵਾਸਤੇ ਕੰਮ ਕਰਦੀਆਂ ਨੇ। ਪਰ ਜਿੰਨਾ ਚਿਰ ਤੁਹਾਡਾ ਆਪਣਾ ਜਜ਼ਬਾ ਨਹੀਂ ਹੈਗਾ, ਆਪਣਾ ਇੱਕ ਜਨੂੰਨ ਨਹੀਂ ਹੈਗਾ, ਆਪਣਾ ਇੱਕ ਪੈਸ਼ਨ ਨਹੀਂ ਹੈਗਾ, ਇੱਕ ਡਿਟਰਮੀਨੇਸ਼ਨ ਨਹੀਂ ਹੈਗਾ, ਉਹ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬੀਆਂ ਦੇ ਵਿੱਚ ਨੇ, ਉਹਨਾਂ ਦੇ ਬਲੱਡ 'ਚ ਨੇ, ਉਹਨਾਂ ਦੇ ਖੂਨ 'ਚ ਨੇ। ਖਾਸ ਕਰਕੇ ਮੇਰੀ ਪੰਜਾਬੀ ਦੀ ਨਹੀਂ, ਮੈਂ ਜਿਹੜੀ ਲਾਈ ਹੈ ਕਿ ਜਿੰਨਾ ਵੀ ਕੋਈ ਇਮੀਗ੍ਰੈਂਟ ਹੈ, ਭਾਵੇਂ ਉਹ ਅਮਰੀਕਾ 'ਚੋਂ ਕਿਤੇ ਵੀ ਕੰਟਰੀ 'ਚੋਂ ਆਇਆ ਹੋਇਆ, ਉਹਨਾਂ ਜਿਹੜੇ ਇਮੀਗ੍ਰੈਂਟਸ ਨੇ, ਦੇ ਆਰ ਵਾਇਡ ਡਿਫਰੈਂਟ। ਉਹਨਾਂ 'ਚ ਇੱਕ ਜਜ਼ਬਾ ਕੰਮ ਕਰਨ ਦਾ ਔਰ ਕੁਛ ਪਾਉਣ ਦਾ। ਤੁਸੀਂ ਕੈਲੀਫੋਰਨੀਆ ਤੋਂ ਮੂਵ ਕੀਤੇ ਇੰਡੀਆਨਾ 'ਚ, ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਪੰਜਾਬੀ ਭਾਈਚਾਰਾ ਰਹਿੰਦਾ, ਸਿੱਖ ਭਾਈਚਾਰਾ। ਹਾਂਜੀ, ਜਦੋਂ ਇਹ ਗਏ ਸੀ ਉਦੋਂ ਥੋੜ੍ਹਾ ਘੱਟ ਸੀ, ਹੁਣ ਬਹੁਤ ਹੋ ਗਿਆ। ਪਰ ਇੰਡੀਆਨਾ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਾ? ਕੋਈ ਇਸ ਤਰ੍ਹਾਂ ਦੇ ਨਹੀਂ ਲੱਗਾ ਕਿ ਘੱਟ ਕਮਿਊਨਿਟੀ ਆ ਜਦੋਂ ਤੁਸੀਂ ਮੂਵ ਕੀਤੇ ਇੰਡੀਆਨਾ ਦੇ ਵਿੱਚ? ਜਦੋਂ ਅਸੀਂ ਮੂਵ ਕੀਤੇ, ਅਸੀਂ ਜ਼ਿਆਦਾ ਮੂਵਮੈਂਟ ਜਿਹੜੀ ਹੋਈ ਹੈ ਉਹ ਹੋਈ ਹੈ 2000 ਤੋਂ ਲੈ ਕੇ। ਅਸੀਂ ਉੱਥੇ ਗਏ ਹਾਂ 2007 'ਚੋਂ, 2007 ਤੋਂ ਹੁਣ 10 ਸਾਲ ਦਾ ਸਾਡਾ ਸਮਾਂ ਹੋ ਗਿਆ। ਲੇਕਿਨ ਉਸ ਟਾਈਮ ਇੰਨੀ ਕੁਛ ਸੀਗੀ ਕਿ 2-3 ਗੁਰਦੁਆਰਾ ਸਾਹਿਬ ਉੱਥੇ ਸੀ, ਆਪਣੀ ਕਮਿਊਨਿਟੀ ਆਪਣੀ ਕਾਫੀ ਸੀ, ਜਿਹਦੇ ਨਾਲ ਤੁਹਾਨੂੰ ਆਈਸੋਲੇਸ਼ਨ ਨਹੀਂ ਸੀ ਮਹਿਸੂਸ ਹੁੰਦੀ ਕਿ ਤੁਸੀਂ ਉੱਥੇ ਆਪਣੇ ਕਮਿਊਨਿਟੀ ਦੇ ਨਾਲ ਨਾ ਕਰ ਸਕੋ, ਮਤਲਬ ਕਮਿਊਨਿਟੀ ਆਪਣੀ ਬਹੁਤ ਸੀਗੀ। ਲੇਕਿਨ ਜਾਣ ਦਾ ਮੇਨ ਕੀ ਹੈ ਕਿ ਜਿਹੜਾ ਮਿਡ ਵੈਸਟ ਦੇ ਵਿੱਚ ਇੱਕ ਤਾਂ ਕੋਸਟ ਆਫ ਲਿਵਿੰਗ ਬੜੀ ਘੱਟ ਸੀ, ਜਿਹੜਾ ਬਿਜ਼ਨਸ ਜਿਹੜੇ ਐਕਸਪੈਂਸਿਸ ਨੇ ਘੱਟ ਸੀ, ਬਿਜ਼ਨਸ ਇਨਵਾਇਰਮੈਂਟ ਬੜਾ ਅੱਛਾ ਉੱਥੇ ਇੰਡੀਆਨਾ ਸਟੇਟ ਦੇ ਵਿੱਚ। ਫਿਰ ਲੋਕ ਬੜੇ ਜਿਹੜੇ ਨੇ ਨਾ, ਲੋਕ ਬਹੁਤ, ਮਜੋਰਟੀ ਆਫ ਪੀਪਲ ਜਿਹੜੇ ਮਿਡ ਵੈਸਟ ਨੇ ਬੜੇ ਵੈਲਕਮਿੰਗ ਨੇ। ਹੁਣ ਤੁਸੀਂ ਦੇਖੋ ਕਿ ਜਿਵੇਂ ਈਸਟ ਕੋਸਟ, ਵੈਸਟ ਦੇ ਕੋਸਟ ਦੇ ਵਿੱਚ ਜਿੰਨੀਆਂ ਵੀ ਘਰ ਨੇ ਉਹਨਾਂ ਦੇ ਪਿੱਛੇ ਫੈਂਸਿਸ ਬਣਾਈਆਂ ਹੋਣੀਆਂ, ਉਹਨਾਂ ਕੋਲ ਕੋਈ ਫੈਂਸਿਸ ਨਹੀਂ ਉੱਥੇ, ਉਹ ਤਾਂ ਮਤਲਬ ਬੜੇ ਮਲਾਪੜੇ ਨੇ। ਦ ਮੋਮੈਂਟ ਦੇ ਨੋ ਯੂ, ਦੇ ਆਰ ਵੈਰੀ ਫੈਮਿਲੀ ਪੀਪਲ। ਚੌਥੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਉੱਥੇ ਬੜਾ ਸਕੂਲਿੰਗ ਸਿਸਟਮ ਬਹੁਤ ਅੱਛਾ ਹੈ, ਔਰ ਇੰਡੀਆਨਾ ਇਜ਼ ਵਨ ਆਫ ਦੀ ਫਿਊ ਸਟੇਟਸ ਦੇ ਹੈਵ ਸਰ ਪਲੱਸ ਬਜਟ, ਔਰ ਉਹਨਾਂ ਦੇ ਇਕਨੋਮਿਕਸ ਦੇ ਜਿਹੜੀ ਅਗਲੀਆਂ ਜਿਹੜੀਆਂ ਆਉਣ ਵਾਲੇ ਟਾਈਮ ਨੇ ਉਹ ਬੜੇ ਅੱਛੇ ਉਹਨਾਂ ਨੇ ਲਿਖੇ ਹੋਏ ਨੇ। ਤੁਸੀਂ ਕੈਲੀਫੋਰਨੀਆ ਤੋਂ ਇੰਡੀਆਨਾ ਤੱਕ ਦਾ ਸਫ਼ਰ ਦੱਸਿਆ, ਇੰਡੀਆਨਾ ਦੇ ਵਿੱਚ ਤੁਸੀਂ ਕਾਰੋਬਾਰ ਸਥਾਪਿਤ ਕਰਨ ਦੇ ਨਾਲ ਨਾਲ ਰਾਜਨੀਤਿਕ ਤੌਰ 'ਤੇ ਵੀ ਸਥਾਪਿਤ ਕੀਤੀ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਨੇ, ਪਰ ਇੱਕ ਹੁਣ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ, ਹੁਣੇ ਵਾਪਸ ਪਰਤ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਗੁਰਿੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਇੰਡੀਆਨਾ ਦੇ ਵਿੱਚ ਕਾਰੋਬਾਰੀ ਤੌਰ 'ਤੇ ਵੀ ਸਥਾਪਿਤ ਕੀਤੀ ਹੈ ਔਰ ਰਾਜਨੀਤਿਕ ਤੌਰ 'ਤੇ ਵੀ ਸਿੱਖਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਖਾਲਸਾ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਆਪਾਂ ਗੱਲ ਕਰ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਇੱਥੋਂ ਦੇ ਜਿਹੜਾ ਐਟਮੋਸਫੀਅਰ ਇੰਡੀਆਨਾ ਦੇ ਵਿੱਚ ਆ, ਪਰ ਜਦੋਂ ਤੁਸੀਂ ਕਾਰੋਬਾਰੀ ਤੌਰ 'ਤੇ ਇੱਥੇ ਆਏ ਹੋ, ਕਾਰੋਬਾਰੀ ਤੌਰ 'ਤੇ ਤਾਂ ਤੁਸੀਂ ਆਪਣੇ ਆਪ ਨੂੰ ਜਿਸ ਤਰੀਕੇ ਨਾਲ, ਕੋਈ ਇਹੋ ਜਿਹੀ ਮੁਸ਼ਕਲ ਜਿਹੜੀ ਤੁਹਾਨੂੰ ਆਈ ਹੋਵੇ ਆ ਕੇ ਲੱਗਾ ਹੋਵੇ ਕਿ ਇੰਡੀਆਨਾ ਦੇ ਵਿੱਚ ਆ ਤਾਂ ਗਏ ਹਾਂ ਪਰ ਲੱਗਦਾ ਆ ਕਿਤੇ ਕੋਈ ਮੂਵ ਹੋ ਕੇ ਕੈਲੀਫੋਰਨੀਆ ਤੋਂ ਗਲਤੀ ਕੀਤੀ, ਕਦੀ ਇਸ ਤਰ੍ਹਾਂ ਦਾ ਅਹਿਸਾਸ ਤਾਂ ਨਹੀਂ ਹੋਇਆ? ਨਹੀਂ, ਇਸ ਤਰ੍ਹਾਂ ਦਾ ਅਹਿਸਾਸ ਨਹੀਂ ਹੋਇਆ, ਲੇਕਿਨ ਇਹ ਹੈ ਕਿ ਇਹ ਜ਼ਰੂਰ ਮਹਿਸੂਸ ਹੋਇਆ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ, ਭਾਵੇਂ ਉਹ ਕੈਲੀਫੋਰਨੀਆ ਜਾਂ ਚਾਹੇ ਸਿੱਖ ਬਹੁਤ ਦੇਰ ਤੋਂ ਉੱਥੇ ਰਹਿ ਰਹੇ ਨੇ, ਇੰਡੀਆਨਾ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਮਹਿਸੂਸ ਹੋਇਆ ਕਿ ਜਿਹੜੀ ਥੋੜ੍ਹੇ ਜਿਹੇ ਇਲਾਕੇ ਜਿੱਥੇ ਸਿੱਖ ਰਹਿੰਦੇ ਨੇ, ਸਿੱਖ ਵਸੇ, ਉਦੋਂ ਇਲਾਵਾ ਜਿੱਥੇ ਬਾਹਰ ਕਿਤੇ ਜਾਂਦੇ ਹੋ ਉਹਨਾਂ ਨੂੰ ਸਾਡੇ ਬਾਰੇ ਬਹੁਤ ਘੱਟ ਪਤਾ ਹੈ। ਜਿਹੜਾ ਫੀਅਰ ਹੈ, ਫੀਅਰ ਇਜ਼ ਆਫ ਅਨਨੋਨ, ਜਿਹੜਾ ਤੁਹਾਨੂੰ ਨਹੀਂ, ਜਦੋਂ ਤੁਸੀਂ ਨਹੀਂ ਜਾਣਦੇ, ਤਾਂ ਇਸ ਕਰਕੇ ਇਹ ਮਹਿਸੂਸ ਹੋਇਆ ਕਿ ਲੋਕਾਂ ਨੂੰ ਇੱਥੋਂ ਜੇ ਲੋਕ ਬੜੇ ਅੱਛੇ ਨੇ, ਬੜੇ ਵੈਲਕਮਿੰਗ ਨੇ, ਬੜੇ ਫੈਮਿਲੀ ਓਰੀਐਂਟਡ ਨੇ,
ਔਰ ਲੇਕਿਨ ਉਹਨਾਂ ਨੂੰ ਸਾਡੇ ਬਾਰੇ ਪਤਾ ਨਹੀਂ ਹੈਗਾ। ਇਹਦੇ ਕਰਕੇ ਜਦੋਂ ਦੇ ਅਸੀਂ ਮੂਵ ਹੋਏ ਉਦੋਂ ਦਾ ਇਹ ਘਾਲਣਾ ਸ਼ੁਰੂ ਕਰ ਲਈਏ, ਉਦੋਂ ਦੇ ਵਿੱਚ ਲੱਗੇ ਹੋਏ ਹਾਂ ਕਿ ਉੱਥੇ ਕਿਵੇਂ ਮਤਲਬ ਲੋਕਾਂ ਨੂੰ ਅਵੇਅਰ ਕੀਤਾ ਜਾਏ। ਅਵੇਅਰਨੈਸ ਤੋਂ ਹੀ ਗੱਲ ਆਪਾਂ ਕਰ ਲਈਏ, ਜਿਸ ਤਰ੍ਹਾਂ ਦੇ ਸਰੂਪ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਦਸਤਾਰ ਸਜਾਉਂਦੇ ਹੋ, ਖੁੱਲ੍ਹੇ ਦਾੜੇ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਤੁਹਾਨੂੰ ਕਦੀ ਲੱਗਾ ਹੈ ਕਿ ਇਹ ਮੈਂ ਜੇ ਇਸ ਰੂਪ 'ਚ ਨਾ ਹੁੰਦਾ ਤਾਂ ਮੈਂ ਆਹ ਪ੍ਰਾਪਤੀ ਕਰ ਲੈਣੀ ਸੀ, ਜਾਂ ਇਸ ਰੂਪ ਦੇ ਵਿੱਚ ਮੈਨੂੰ ਕੋਈ ਇਸ ਕਿਸਮ ਦਾ ਕਾਰੋਬਾਰੀ ਤੌਰ 'ਤੇ ਮੈਂ ਪਿੱਛੇ ਰਹਿ ਗਿਆ ਜਾਂ ਨੁਕਸਾਨ ਹੋਇਆ? ਅੱਜ ਤੱਕ ਕਦੇ ਵੀ ਇੱਦਾਂ ਨਹੀਂ ਲੱਗਾ ਕਿ ਵੀ ਮੈਂ ਜੇ ਇਸ ਰੂਪ ਨਾ ਹੁੰਦਾ ਤਾਂ ਕੁਛ ਕੋਈ ਅੱਛੀ ਚੀਜ਼ ਬੈਟਰ ਕਰ ਲੈਂਦਾ। ਬਲਕਿ ਇਹੀ ਮਾਣ ਮਹਿਸੂਸ ਹੋਇਆ ਕਿ ਪਰਮਾਤਮਾ ਨੇ ਇੰਨੀ ਪੱਤ ਰੱਖੀ ਹੈ, ਪਰਮਾਤਮਾ ਨੇ ਇੰਨੀ ਮਿਹਰ ਕੀਤੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿ ਇਸੇ ਸਿੱਖੀ ਸਰੂਪ ਦੇ ਵਿੱਚ ਪਿਛਲੇ 21 ਸਾਲਾਂ ਤੋਂ ਮੈਨੂੰ ਉੱਥੇ ਵਿਚਰਨ ਦਾ ਇੱਕ ਸੁਭਾਗ ਪ੍ਰਾਪਤ ਹੋਇਆ ਅਤੇ ਇਹਦੇ ਵਾਸਤੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ। ਦੂਜਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਛੋਟੇ ਜਿਹੇ ਪਿੰਡ ਤੋਂ ਉੱਠੇ, ਕਿਸ ਤਰ੍ਹਾਂ ਸਾਡੇ ਮਾਂ ਪਿਓ ਜਿਹੜੇ ਹਨ, ਪਿਓ ਦਾਦੇ ਜਿਹੜੇ ਪਾਕਿਸਤਾਨੋਂ ਉੱਥੋਂ 84 ਦੀ ਵੰਡ ਤੋਂ ਬਾਅਦ ਆਏ, ਕੈਂਪਾਂ 'ਚ ਰਹੇ, ਉਹਨਾਂ ਨੇ 1947 ਦੀ ਜਿਹੜੀ ਵੰਡ ਸੀ ਉਦੋਂ ਬਾਅਦ ਇੱਧਰ ਆਏ, ਕਿਸ ਤਰ੍ਹਾਂ ਉੱਥੇ ਰਹੇ, ਉਹਨਾਂ ਨੇ ਆਪਣਾ ਬਹੁਤ ਹੀ ਮੁਸ਼ਕਲਾਂ ਦੇ ਨਾਲ ਆਪਣਾ ਜਿਹੜਾ ਟਾਈਮ ਬਤੀਤ ਕੀਤਾ, ਉਸ ਨੂੰ ਦੇਖਦੇ ਹੋਏ ਮੈਂ ਸੋਚਦਾ ਕਿ ਬਾਕੀ ਦੀ ਜਿਹੜੀ ਜ਼ਿੰਦਗੀ ਹੈ ਉਹ ਵਾਹਿਗੁਰੂ ਦੇ ਸ਼ੁਕਰਾਨੇ 'ਚ ਨਿਕਲ ਜਾਏ ਤਾਂ ਥੋੜ੍ਹੀ ਸਮਝੋ। ਤੁਸੀਂ ਦੱਸ ਰਹੇ ਹੋ ਕਿ ਕਦੀ ਮੁਸ਼ਕਲ ਨਹੀਂ ਆਈ ਇਸ ਤਰ੍ਹਾਂ ਦੀ ਪਰ ਜੀ ਹਾਂ, ਜਿਹੜੀ ਮਤਲਬ ਮੁਸ਼ਕਲਾਂ, ਛੋਟੀਆਂ ਮੋਟੀਆਂ ਮੁਸ਼ਕਲਾਂ ਤਾਂ ਆਉਂਦੀਆਂ ਨੇ, ਲੇਕਿਨ ਉਹ ਜਿਹੜੀਆਂ ਮੁਸ਼ਕਲਾਂ ਨੇ ਉਸੇ ਤੋਂ ਹੀ ਸਾਨੂੰ ਅਹਿਸਾਸ ਹੁੰਦਾ ਕਿ ਸਾਨੂੰ ਜ਼ਰੂਰਤ ਹੈ, ਕਿਉਂਕਿ ਜੇ ਸਾਨੂੰ ਕੋਈ ਮੁਸ਼ਕਲ ਨਾ ਆਵੇ ਦੈਨ ਵੀ ਗੈਟ ਇਨ ਟੂ ਏ ਕੰਫਰਟ ਜ਼ੋਨ, ਅਤੇ ਕੰਫਰਟ ਜ਼ੋਨ ਜਦੋਂ ਬੰਦਾ ਚੱਲ ਜਾਂਦਾ ਉਦੋਂ ਦੈਨ ਦੇ ਟੇਕ ਇਟ ਐਜ਼ ਗਰਾਂਟਿਡ। ਹੁਣ ਕੀ ਇਸ ਟਾਈਮ ਹੋਇਆ ਕਿ ਅਮਰੀਕਾ ਇੱਕ ਡਿਵੈਲਪ ਕੰਟਰੀ ਹੈ ਔਰ ਉੱਥੋਂ ਜਿਹੜੇ ਲੋਕ ਨੇ ਉਹ ਜ਼ਿਆਦਾ ਸਾਰਾ ਕੁਛ ਉਸ ਚੀਜ਼ ਮੁਹੱਈਆ ਹੁੰਦੇ ਹੋਏ ਦੈਨ ਦੇ ਗੈਟ ਇਨ ਟੂ ਏ ਕੰਫਰਟ ਜ਼ੋਨ, ਜਦੋਂ ਫਿਰ ਉਹ ਕੰਫਰਟ ਜ਼ੋਨ ਚਲੇ ਜਾਂਦੇ ਨੇ ਫਿਰ ਉਹ ਅੱਗੇ ਜਿਹੜੀ ਉਹਨਾਂ ਦੀ ਜਿਹੜੀ ਮਾਨਸਿਕ ਜਿਹੜੀ ਡਿਵੈਲਪਮੈਂਟ ਹੈ ਜਾਂ ਫਾਈਨੈਂਸ਼ੀਅਲ ਡਿਵੈਲਪਮੈਂਟ ਉਹ ਰੁਕ ਜਾਂਦੀ ਹੈ। ਜਿਹੜੇ ਫਰੀ ਇਮੀਗ੍ਰੈਂਟ ਆਉਂਦੇ ਨੇ ਉਹਨਾਂ ਨੇ ਪਿਛਲੇ ਜਿਹੜੇ ਆਪਣੇ ਜਿਹੜਾ ਬਹੁਤ ਹੀ ਗਰੀਬੀ ਦਾ ਟਾਈਮ ਦੇਖਿਆ ਹੁੰਦਾ ਆਪਣੇ ਮੁਲਕਾਂ ਦੇ ਵਿੱਚ, ਉੱਥੇ ਜਾ ਕੇ ਜਦੋਂ ਫਿਰ ਜ਼ਿਆਦਾ ਕੰਮ ਕਰਦੇ ਨੇ ਉਹਨਾਂ ਨੂੰ ਉਹਦਾ ਮੁੱਲ ਪਾਉਂਦੇ ਨੇ। ਤੋ ਇਸ ਕਰਕੇ ਜਦੋਂ ਵੀ ਸਾਡੇ ਉੱਤੇ ਕੋਈ ਮੁਸ਼ਕਲ ਆਉਂਦੀ ਹੈ, ਵੀ ਨੀਡ ਟੂ ਟੇਕ ਇਟ ਐਜ਼ ਏ ਓਪਰਚੁਨਿਟੀ ਟੂ ਸ਼ੋ ਕੇਸ। ਕੋਈ ਵੀ ਜਿਹੜਾ ਮਾੜਾ ਟਾਈਮ ਹੈ ਉਹ ਤੁਹਾਨੂੰ ਇਹ ਸਮਝਾਉਣ ਵਾਸਤੇ ਆਉਂਦਾ ਕਿ ਬਈ ਇਹ ਜਿਹੜਾ ਮਾੜਾ ਟਾਈਮ ਹੈ ਇਹ ਵੀ ਆ ਸਕਦਾ ਅਤੇ ਇਹਨੂੰ ਤੁਸੀਂ ਕਿਵੇਂ ਪੋਜ਼ਿਟਿਵ ਤਰੀਕੇ ਨਾਲ ਨਿਕਲਣਾ। ਮੈਂ ਇਹੀ ਕੁਐਸਚਨ ਪੁੱਛਣ ਲੱਗਾ ਸੀ, ਕੋਈ ਇਸ ਤਰ੍ਹਾਂ ਦੀ ਘਟਨਾ ਜਿਹਨੇ ਤੁਹਾਨੂੰ ਰਾਜਨੀਤਿਕ ਖੇਤਰ ਦੇ ਵਿੱਚ ਬੜਾ ਸਰਗਰਮ ਕੀਤਾ ਹੋਵੇ? ਤੁਸੀਂ ਸਿਕਸ ਪੈਕ ਕਦੋਂ ਬਣਾਈ ਆ? ਕਿਉਂਕਿ ਅੱਜ ਕੱਲ੍ਹ ਤੁਹਾਡੇ ਸਿਕਸ ਪੈਕ ਦੇ ਬੜੇ ਚਰਚੇ ਨੇ। ਤੁਸੀਂ ਜਿਹੜੇ ਅਮੈਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਇਸ ਵੇਲੇ ਮਾਈਕ ਪੈਂਸ, ਉਹਨਾਂ ਦੇ ਬਹੁਤ ਨੇੜੇ ਹੋ। ਹਾਂਜੀ। ਔਰ ਉਹਦੇ ਨਾਲ ਨਾਲ ਜਿਹੜਾ ਤੁਹਾਡੀ ਆਪਣੀ ਸਟੇਟ ਆ ਉਹਦੇ ਗਵਰਨਰ ਦੇ ਤੁਸੀਂ ਉੱਥੋਂ ਦੀ ਆਪਣੀ ਇੰਡੀਆਨਾ ਸਟੇਟ ਦੇ ਗਵਰਨਰ ਦੇ ਨੇੜੇ ਹੋ। ਤੁਹਾਡੇ ਜਿਹੜੇ ਅਟੋਰਨੀ ਜਨਰਲ ਦਾ ਆਫਿਸ ਆ ਉਹਨਾਂ ਦੇ ਵਿੱਚ ਤੁਸੀਂ ਇੱਕ ਸਿੱਖ ਬੱਚੀ ਨੂੰ ਡਿਪਟੀ ਅਟੋਰਨੀ ਜਨਰਲ ਦੀ ਜੋਬ ਦਵਾਈ ਆ, ਉਹ ਭਾਵੇਂ ਤੁਹਾਡੀ ਕੁਲੈਕਟਿਵ ਐਫਰਟ ਆ। ਇੱਧਰਲੇ ਪਾਸੇ ਜਾਣ ਦਾ ਕਿਵੇਂ ਸੁਭਾਅ ਬਣਿਆ ਤੁਹਾਡਾ? ਉਹ ਥੋੜ੍ਹਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਕਿ ਉਹਦਾ ਇਹ ਹੋਇਆ ਕਿ ਜਦੋਂ ਤੋਂ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹਾਂ ਕਿ ਸਿੱਖ ਜਿਹੜੇ ਨੇ ਅਮਰੀਕਾ ਦੀ ਧਰਤੀ 'ਚ 100 ਸਾਲਾਂ ਤੋਂ ਵੀ ਵੱਧ ਨੇ। ਬਿਲਕੁਲ। ਪਰ ਉਹ ਜਿਹੜਾ ਜ਼ਿਆਦਾ ਜਿਹੜੀ ਤਕਲੀਫ ਆਈ ਉਹ 9/11 ਤੋਂ ਬਾਅਦ ਆਈ। 9/11 ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਵੀ ਉੱਥੇ ਸੀ ਉਸ ਟਾਈਮ, ਉੱਥੇ ਇਹ ਸੀਗਾ ਕਿ 9/11 ਤੋਂ ਬਾਅਦ ਬੜਾ ਐਸਾ ਦੌਰ ਸੀ ਕਿ ਡਰ ਦਾ ਮਾਹੌਲ ਸੀ ਉਸ ਟਾਈਮ, ਜਿਹੜਾ ਕਿ ਕੈਲੀਫੋਰਨੀਆ 'ਚ ਹੀ ਰਹਿੰਦੇ ਸੀ ਅਤੇ ਉੱਥੇ ਸਾਰਿਆਂ ਨਾਲ ਮਿਲ ਜੁਲ ਕੇ ਜਦੋਂ ਵੀ ਭੱਜ ਨੱਸ ਕੀਤੀ ਤਾਂ ਉਸ ਟਾਈਮ ਮੌਕੇ 'ਤੇ ਜਿਹੜੇ ਵੀ ਆਲਾ ਜਿਹੜੇ ਗੌਰਮੈਂਟ ਆਫਿਸ਼ਲ ਸੀਗੇ ਜਿਵੇਂ ਕ੍ਰੋਸ ਬੁਸਟੇਮੈਂਟੇ ਨੂੰ ਲਿਆਂਦਾ ਗਿਆ ਕੈਲੀਫੋਰਨੀਆ ਦਾ ਜਿਹੜਾ ਆਪਣਾ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਕਿ ਉੱਥੋਂ ਐਕਸਪੋਜ਼ਰ ਹੋਏ, ਪਤਾ ਲੱਗੇ, ਔਰ ਉਹ ਜਿਹੜੇ ਸਾਡੇ ਜਿਹੜੇ ਉੱਥੋਂ ਦੇ ਗਵਰਨਰ ਨੇ, ਲੈਫਟੀਨੈਂਟ ਗਵਰਨਰ ਨੇ ਜਾਂ ਜਿਹੜੇ ਕਾਂਗਰਸਮੈਨ ਨੇ, ਹੋਰ ਜਿਹੜੇ ਇਲੈਕਟਿਡ ਆਫਿਸ਼ਲ ਨੇ, ਉਹ ਸਾਡੇ ਗੁਰਦੁਆਰਾ ਸਾਹਿਬ 'ਚ ਜਾਂ ਸਾਡੀ ਕਮਿਊਨਿਟੀ ਦੇ ਵਿੱਚ ਆ ਕੇ ਮੀਡੀਆ ਦੇ ਉੱਤੇ ਦੱਸਣ ਬਈ ਇਹ ਜਿਹੜੇ ਲੋਕ ਨੇ ਇਹਨਾਂ ਦਾ ਜਿਹੜੇ ਕੋਈ ਵੀ ਜਿਹੜੇ ਤਾਲਿਬਾਨ ਨੇ ਜਾਂ ਜਿਹੜੇ ਟੈਰੋਰਿਸਟ ਐਕਟ ਗਰੁੱਪ ਨੇ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ ਹੈਗਾ, ਇਹ ਸਿੱਖ ਨੇ, ਇਹਨਾਂ ਇਹ ਦੇ ਬਿਲੋਂਗਸ ਟੂ ਦੇ ਓਰਿਜਨੇਟਿਡ ਫਰੋਮ ਇੰਡੀਆ, ਸਿੱਖੀਜ਼ਮ ਕੇਮ ਫਰੋਮ ਇੰਡੀਆ, ਇਹਨਾਂ ਦਾ ਕੋਈ ਉਹਨਾਂ ਨਾਲ ਤਾਲੁਕਾਤ ਨਹੀਂ ਹੈਗਾ। ਬਲਕਿ ਰਾਦਰ ਅਸੀਂ ਤਾਂ ਇਹ ਵੀ ਉੱਥੇ ਨਹੀਂ ਦੱਸ ਸਕੇ ਕਿ ਜਿਹੜੀ ਤਸ਼ੱਦਤ ਹਿੰਦੁਸਤਾਨੀਆਂ ਦੇ ਹੋਈ ਉਹਦੇ ਵਿੱਚੋਂ ਸਿੱਖ ਕੌਮ ਜਿਹੜੀ ਉੱਭਰ ਕੇ ਆਈ, ਔਰ ਉਹਦੇ ਚੈਲੇਂਜ ਵਾਸਤੇ ਯੂਨੋ ਕਿ ਸਿੱਖੀਜ਼ਮ ਕੇਮ
came out of the oppressed regime. ਅਸੀਂ ਉਸ ਉਸ ਮੌਕੇ ਦੇ ਸਗੋਂ ਦੇ ਮੌਕੇ ਦੇ ਜਿਹੜੇ ਹਕੂਮਰਤ ਨੇ ਜਿਨ੍ਹਾਂ ਨੇ ਜਬਰ ਕੀਤੇ ਉਹਨਾਂ 'ਤੇ ਉਹਨਾਂ ਤੋਂ ਆਏ ਸਾਡਾ ਤਾਂ ਉਹਨਾਂ ਦੇ ਨਾਲ ਕੋਈ ਅਲੱਗ ਲੈਣਾ ਵੀ ਨਹੀਂ ਦੂਰ ਨੇੜੇ ਦਾ ਵੀ ਤੁਸੀਂ ਦੱਸਿਆ ਉਹਨਾਂ ਨੂੰ ਸਾਰੇ ਇਤਿਹਾਸ ਦੇ ਬਾਰੇ ਹਾਂ ਲੇਕਿਨ ਇਹ ਹੈ ਕਿ ਮੇਰੇ ਜਿਹੜੇ ਕਿ ਉਸ ਤੋਂ ਬਾਅਦ ਜਿਹੜਾ ਜਿਹੜਾ ਮੇਨ ਪੋਲੀਟਿਕਸ ਦੇ ਵਿੱਚ ਆਉਣ ਦਾ ਇਹ ਸਬਬ ਬਣਿਆ ਕਿ 2007 ਦੇ ਵਿੱਚ ਆਈ ਵਾਜ਼ ਇਨ ਬਫਲੋ ਉੱਥੋਂ ਅਸੀਂ ਫਲਾਈਟ ਲੈ ਕੇ ਸੈਕਰਾਮੈਂਟੋ ਜਾਣਾ ਸੀਗਾ ਉਸ ਦੌਰਾਨ ਕੀ ਹੋਇਆ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਪੱਗ ਲਾ ਕੇ ਜਾਣਾ ਪੈਣਾ ਸਿਕਿਉਰਿਟੀ ਕਲੀਅਰੈਂਸ ਵਾਸਤੇ ਮੈਂ ਮਨ੍ਹਾ ਕਰ ਦਿੱਤਾ ਮੈਂ ਹਾਂ ਵੀ ਰਾਦਰ ਆਈ ਵੁੱਲ ਨਾਟ ਫਲਾਈ ਇਨਸਟੈਡ ਆਫ ਰਿਮੂਵ ਮਾਈ ਟਰਬਨ ਉਸ ਟਾਈਮ ਉਹਨੂੰ ਅਸੀਂ ਮੇਨ ਸਟ੍ਰੀਮ ਮੀਡੀਆ 'ਚ ਵੀ ਖੜਿਆ ਐਥਨਿਕ ਮੀਡੀਆ 'ਚ ਵੀ ਲੈ ਗਏ ਉਦੋਂ ਫਿਰ ਅਸੀਂ ਜਿਹੜਾ ਮੌਕੇ ਦੇ ਜਿਹੜੇ ਸਾਡੇ ਸੈਨੇਟਰ ਸੀਗੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਹਦੇ ਵਾਸਤੇ ਇੱਕ ਪਟੀਸ਼ਨ ਫਾਈਲ ਕਰਨੀ ਪੈਣੀ ਹੈ 25,000 ਜਿਹੜੇ ਨੇ ਪਟੀਸ਼ਨ ਫਾਈਲ ਕਰਕੇ ਲਿਆਓ ਤਾਂ ਕਿ ਅਸੀਂ ਉਦੋਂ ਤੋਂ ਅਸੀਂ ਕੋਈ ਰੈਜੋਲਿਊਸ਼ਨ ਪਾਸ ਕਰੀਏ ਅਤੇ ਟੀ ਐੱਸ ਏ ਪੋਲਿਸੀ ਜਿਹੜੀ ਹੈ ਚੇਂਜ ਕੀਤੀ ਜਾਏ ਉਸ ਇੱਕ ਘਟਨਾ ਨੇ ਤੁਹਾਨੂੰ ਜਿਹੜਾ ਦਸਤਾਰ ਲਾਉਣ ਲਈ ਤੁਹਾਨੂੰ ਪਟੀਸ਼ਨ ਫਾਈਲ ਕਰਨ ਦੀ ਨੌਬਤ ਤੱਕ ਪਹੁੰਚਾ ਦਿੱਤਾ ਬਸ ਬਸ ਆਪਾਂ ਤੁਹਾਡੀ ਗੱਲ ਨੂੰ ਕੰਟੀਨਿਊ ਕਰਦੇ ਹਾਂ ਹਾਂਜੀ ਪਰ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਵਾਹਿਗੁਰੂ ਬ੍ਰੇਕ ਲੈ ਲਈਏ ਠੀਕ ਹੈ ਹੁਣ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਸਾਡੀ ਗੱਲਬਾਤ ਚੱਲ ਰਹੀ ਹੈ ਗੁਰਿੰਦਰ ਸਿੰਘ ਹੋਰਾਂ ਨਾਲ ਹੁਣੇ ਵਾਪਸ ਪਰਤ ਰਹੇ ਹਾਂ ਤੁਸੀਂ ਦੇਖਦੇ ਰਹੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਗੱਲਬਾਤ ਚੱਲ ਰਹੀ ਹੈ ਗੁਰਿੰਦਰ ਸਿੰਘ ਜੀ ਖਾਲਸਾ ਨਾਲ ਰਾਜਨੀਤੀ ਦੇ ਖੇਤਰ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਨਾਲ ਪ੍ਰਵੇਸ਼ ਕੀਤਾ ਰਾਜਨੀਤੀ ਦੇ ਖੇਤਰ ਨਾਲੋਂ ਵੀ ਕਹਾਂਗੇ ਕਿ ਇਹਨਾਂ ਨੇ ਸਿੱਖਾਂ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਕਿੰਨੀ ਕੁ ਕਾਮਯਾਬੀ ਮਿਲੀ ਹੈ ਗੱਲਬਾਤ ਚੱਲ ਰਹੀ ਸੀ ਜੀ ਤੁਹਾਡੇ ਨਾਲ ਕਿ ਕਿਹੜੇ ਕਾਰਨ ਬਣੇ ਜਿਨ੍ਹਾਂ ਨੇ ਤੁਹਾਨੂੰ ਤੁਸੀਂ ਦੱਸਿਆ ਸੀਗਾ ਕਿ ਇਹ ਘਟਨਾ ਸੀਗੀ ਜਿਹਦੇ ਵਿੱਚ ਬਫਲੋ ਉਹਨਾਂ ਨੇ ਤੁਹਾਨੂੰ ਦਸਤਾਰ ਲਾਉਣ ਲਈ ਕਿਹਾ ਅਤੇ ਤੁਸੀਂ ਰਿਫਿਊਜ਼ ਕਰ ਦਿੱਤਾ ਸੋ ਪਟੀਸ਼ਨ ਫਾਈਲ ਕੀਤੀ ਅਤੇ ਕੀ ਰਿਜ਼ਲਟ ਨਿਕਲੇ ਉਸ ਪਟੀਸ਼ਨ ਦੇ ਉਹ ਪਟੀਸ਼ਨ ਤੋਂ ਬਾਅਦ ਜੀ ਫਿਰ ਸਾਰਾ ਜਿਹੜਾ ਕਿ 6-7 ਮਹੀਨੇ ਲੱਗੇ ਉਹ ਸਾਰੀ ਕਾਰਵਾਈ ਨੂੰ ਅਤੇ ਉਹਦੇ ਵਿੱਚ ਜਿਹੜੀ ਸੀ ਜਿਹੜੀ ਪੋਲੀ ਟੀ ਐੱਸ ਏ ਦੀ ਜਿਹੜੀ ਪੋਲਿਸੀ ਚੇਂਜ ਹੋਈ ਜਿਹਦੇ 'ਚ ਹੁਣ ਤੁਸੀਂ ਆਪਾਂ ਜਿਵੇਂ ਵੀ ਜਿਹੜਾ ਵੀ ਕੋਈ ਆਪਣਾ ਸਿੱਖ ਭਰਾ ਭੈਣ ਭਰਾ ਜਾਂਦੇ ਨੇ ਉਹ ਉਹਨਾਂ ਤੁਹਾਡੀ ਦਸਤਾਰ ਨੂੰ ਟੱਚ ਨਹੀਂ ਕਰ ਸਕਦੇ ਤੁਸੀਂ ਆਪ ਹੀ ਟੱਚ ਕਰਦੇ ਹੋ ਅਤੇ ਤੁਹਾਨੂੰ ਸਵਾਪ ਕਰਦੇ ਨੇ ਤੋ ਇਹ ਬੜੀ ਵੱਡੀ ਜਿਹੜੀ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਸੀ ਭੱਜ ਨਸ ਦੇ ਕਾਰਨ ਗੁਰਿੰਦਰ ਜੀ ਇੱਕ ਮੈਂ ਦੇਖਿਆ ਕਿ ਇਹ ਵਾਰਿਸ ਆਹਲੂਵਾਲੀਆ ਨਾਲ ਵੀ ਹੋਇਆ ਉਸ ਤੋਂ ਬਾਅਦ ਹੋਰ ਵੀ ਕਈਆਂ ਥਾਵਾਂ ਦੇ ਉੱਤੇ ਇਹ ਘਟਨਾਵਾਂ ਹੋਈਆਂ ਅਜੇ ਵੀ ਇਹ ਭਾਵੇਂ ਚੱਲ ਰਹੀਆਂ ਨੇ ਪਰ ਇਹ ਟਾਈਮ ਟੂ ਟਾਈਮ ਸਾਨੂੰ ਸਿਚੁਏਸ਼ਨ ਜਿਹੜੀ ਆ ਇਹਦੇ ਲਈ ਹੋਰ ਕੋਸ਼ਿਸ਼ਾਂ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੀ ਘਟਨਾ ਤੋਂ ਇਹ ਚੀਜ਼ ਦਾ ਆਰੰਭ ਤਾਂ ਹੋ ਗਿਆ ਸੀਗਾ ਪਰ ਸਿਕਸ ਪੈਕ ਤੁਸੀਂ ਬਣਾ ਕੇ ਹੁਣ ਤੱਕ ਕੀ ਕੀਤਾ ਹੈ ਅਤੇ ਸਿਕਸ ਪੈਕ ਜਿਹੜਾ ਆ ਉਹਦਾ ਮਕਸਦ ਕੀ ਸੀ ਬਣਾਉਣ ਦਾ ਸਿੱਖ ਪੈਕ ਦਾ ਜਿਹੜਾ ਕਿ ਤੁਹਾਡੀ ਬਿਲਕੁਲ ਸਹੀ ਦਰੁਸਤ ਤੁਹਾਡਾ ਕੁਐਸਚਨ ਹੈ ਕਿ ਸਿੱਖ ਪੈਕ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਜਿਹੜਾ ਮਕਸਦ ਹੈ ਉਹ ਹੈਗਾ ਕਿ ਸਸਟੇਨੇਬਲ ਜਿਹੜੀ ਕਿ ਨਿਰੰਤਰ ਜਿਹੜੀ ਹੈ ਅਵੇਅਰਨੈਸ ਜਿਹੜੀ ਹੈ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਜਾਂ ਸਿੱਖ ਪਹਿਚਾਣ ਬਾਰੇ ਕਿੱਦਾਂ ਰਹੇ ਤਾਂ ਕਿ ਫੀਅਰ ਇਜ਼ ਆਫ ਦੀ ਅਨਨੋਨ ਜਦੋਂ ਉਹ ਸਾਡੇ ਬਾਰੇ ਜਾਣਨਗੇ ਜਦੋਂ ਜਾਣਦੇ ਨੇ ਵੀ ਇਹ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਨੇ ਇਹ ਕਿਸ ਚੀਜ਼ ਨੂੰ ਮੰਨਦੇ ਨੇ ਕੀ ਕਰਦੇ ਨੇ ਇਹਨਾਂ ਦੀ ਲੰਗਰ ਦਿੰਦੇ ਨੇ ਜਿਹੜੀ ਸਾਡੀ ਜਨਰੋਸਿਟੀ ਹੈ ਸੈਲਫਲੈਸ ਸਰਵਿਸ ਟੂ ਹਿਊਮੈਨਿਟੀ ਹੈ ਇਕੁਐਲਿਟੀ ਹੈ ਇਨਕਲੂਸਿਵਨੈਸ ਹੈ ਇਹ ਸਾਰਾ ਮੈਸੇਜ ਉਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਉਹਨਾਂ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ 15 million ਬੱਚੇ ਜਿਹੜੇ ਨੇ ਅਮਰੀਕਾ ਦੇ ਹਰ ਸਾਲ ਹਾਈ ਸਕੂਲ ਕਰਦੇ ਨੇ ਉਹਨਾਂ ਨੂੰ ਸਾਡੇ ਬਾਰੇ ਕੋਈ ਪਤਾ ਨਹੀਂ ਜਦੋਂ ਸਾਡੇ ਵਿਚਰਦੇ ਨੇ ਉਹਦੇ ਕਰਕੇ ਸਾਡਾ ਜਿਹੜਾ ਸਿੱਖ ਪੈਕ ਦਾ ਮੇਨ ਜਿਹੜਾ ਸਭ ਤੋਂ ਨੰਬਰ ਅਹਿਮ ਜਿਹੜਾ ਸਾਡਾ ਮੁੱਦਾ ਹੈ ਉਹ ਹੈਗਾ ਕਿ ਅਮਰੀਕਾ ਦੇ ਹਰ ਸੂਬੇ ਦੇ ਹਰ ਹਾਈ ਸਕੂਲ ਦੇ ਵਿੱਚ ਸਿੱਖ ਹਿਸਟਰੀ ਐਂਡ ਕਲਚਰ ਉੱਥੋਂ ਦੀ ਜਿਹੜੀਆਂ ਜਿਹੜੇ ਹਾਈ ਸਕੂਲ ਨੇ ਉਹਨਾਂ ਦੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਹੋਏ ਜਿੱਥੇ ਕਿ ਉਹ ਹਿੰਦੂਇਜ਼ਮ ਨੂੰ ਪੜ੍ਹਾ ਰਹੇ ਨੇ ਇਸਲਾਮ ਨੂੰ ਪੜ੍ਹਾ ਰਹੇ ਨੇ ਕ੍ਰਿਸਚੈਨਿਟੀ ਨੂੰ ਪੜ੍ਹਾ ਰਹੇ ਨੇ ਹੋਰ ਕਈ ਧਰਮਾਂ ਨੂੰ ਵੀ ਕਵਰ ਕਰ ਰਹੇ ਨੇ ਪਰ ਉੱਥੇ ਜਿਹੜੇ ਹਾਈ ਸਕੂਲ ਦੇ ਵਿੱਚ ਜਿਹੜੀਆਂ ਉਹਨਾਂ ਦੇ ਹਿਸਟਰੀ ਬੁੱਕਸ ਨੇ ਉਹਨਾਂ ਦੇ ਵਿੱਚ ਸਿੱਖਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਦੋਂ ਦਾ ਇਹ ਸਿੱਖ ਪੈਕ ਬਣਵਾਇਆ ਉਹਦੇ ਵਿਦਇਨ 6 months ਜਿਹੜਾ ਇੰਡੀਆਨਾ ਸਟੇਟ ਬਿਕੇਮ ਦੀ ਸੈਕਿੰਡ ਸਟੇਟ ਆਫਟਰ ਕੈਲੀਫੋਰਨੀਆ ਵੇਅਰ ਸਿੱਖ ਹਿਸਟਰੀ ਐਂਡ ਕਲਚਰ ਇਜ਼ ਇੰਟਰੋਡਿਊਸ ਇਨ ਟੂ ਹਾਈ ਸਕੂਲ ਹਿਸਟਰੀ ਬੁੱਕਸ ਔਰ ਇਹਦੇ ਨਾਲ ਨਾਲ ਜਿਹੜੀ ਉਹ ਆਪਣੀ ਸਿੱਖ ਰਿਲੀਜਨ ਨੂੰ ਵੀ ਆਪਸ਼ਨਲ ਪੜ੍ਹ ਸਕਦੇ ਨੇ ਹਾਈ ਸਕੂਲ ਦੇ ਵਿੱਚ ਇਹ ਸਾਡਾ ਮੇਨ ਮਕਸਦ ਹੈ ਕਿ ਪੂਰੇ ਅਮਰੀਕਾ ਦਾ ਕੋਈ ਐਸਾ ਹਾਈ ਸਕੂਲ ਨਾ ਰਹੇ ਜਿੱਥੇ ਕਿ ਸਿੱਖੀ ਬਾਰੇ ਨਾ ਪੜ੍ਹਾਇਆ ਜਾਏ ਇਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਦੱਸ ਰਹੇ ਹਾਂ ਕਿ ਸਿੱਖ ਧਰਮ ਕੋਈ ਮਿਸ਼ਨਰੀ ਧਰਮ ਨਹੀਂ ਹੈਗਾ ਕਿ ਸਿੱਖ ਧਰਮ ਦੇ ਬਾਰੇ ਜੇ ਤੁਹਾਨੂੰ ਜਾਣਕਾਰੀ ਹੋਏਗੀ ਕਿ ਅਸੀਂ ਤੁਹਾਡੇ ਉੱਤੇ ਸਿੱਖ ਧਰਮ ਨੂੰ ਸੌਂਪ ਰਹੇ ਹਾਂ ਇਹ ਤਾਂ ਅਮਰੀਕਨ ਆਉਣ ਵਾਲੀ ਜਿਹੜੀ ਸਾਡੀ ਅਮਰੀਕਨ ਜਨਰੇਸ਼ਨ ਹੈ ਉਹਨਾਂ ਵਾਸਤੇ ਫਾਇਦਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀ ਡਾਇਵਰਸਿਟੀ ਹੋ ਰਹੀ ਹੈ ਡਾਇਵਰਸ ਕਲਚਰ ਹੈ ਉਹਨੇ ਬਾਰੇ ਜਿੰਨਾ
ਚੀਜ਼ਾਂ ਸਾਨੂੰ ਪਤਾ ਲੱਗੇਗਾ ਉਹਨਾਂ ਸਾਡੀ ਸਾਂਝ ਵਧੇਗੀ। ਕੁਛ ਅਚੀਵਮੈਂਟ ਜਿਹੜੀਆਂ ਤੁਸੀਂ ਦੱਸੀਆਂ ਨੇ, ਕੁਛ ਜਿਹੜੀਆਂ ਹੈਗੀਆਂ ਨੇ ਉਹ ਮੀਡੀਆ ਦੇ ਵਿੱਚ ਪਹਿਲਾਂ ਵੀ ਆ ਚੁੱਕੀਆਂ ਨੇ ਕਿ ਤੁਸੀਂ ਉੱਥੇ ਇੱਕ ਸਿੱਖ ਬੱਚੀ ਨੂੰ ਡਿਪਟੀ ਅਟੋਰਨੀ ਜਨਰਲ ਜਿ ਇਹ ਪਹਿਲਾ ਮੌਕਾ ਹੋਇਆ ਕਿ ਸਾਡੀ ਆਪਣਾ ਸਿੱਖ ਬੱਚੀ, ਖਾਸ ਕਰਕੇ ਪੂਰੇ ਮਿਹਨਤ ਲੱਗਦਾ ਕਿ ਸ਼ੀ ਇਜ਼ ਦ ਫਸਟ ਇੰਡੀਅਨ ਕਿ ਕਿਸੇ ਵੀ ਸਟੇਟ ਦੇ ਵਿੱਚ ਉਹ ਡਿਪਟੀ ਅਟੋਰਨੀ ਜਨਰਲ ਲੱਗੀ ਹੋਈ। ਪਰਮਿੰਦਰ ਕੌਰ ਨਿੱਜਰ ਜਿਹੜੀ ਹੈ ਉਹ ਸ਼ੀ ਇਜ਼ ਦੀ ਡਿਪਟੀ ਅਟੋਰਨੀ ਜਨਰਲ ਆਫ ਇੰਡੀਅਨ। ਪਰ ਇੱਕ ਮੇਰੇ ਤੁਹਾਡੇ ਨਾਲ ਗੱਲ ਕਰਦਿਆਂ ਮਨ 'ਚ ਆ ਰਿਹਾ ਸੀਗਾ ਕਿ ਤੁਸੀਂ ਆਪਣੇ ਪਰਿਵਾਰ ਬਾਰੇ, ਜਿਹੜਾ ਤੁਹਾਡਾ ਪ੍ਰੈਜੈਂਟ, ਤੁਹਾਡੀ ਫੈਮਿਲੀ ਦਾ ਯੂਨਿਟ ਕਿੱਦਾਂ ਕਿਹਾ? ਅਸੀਂ ਦੋ ਭਰਾ ਵਾਂ, ਇੱਕ ਭੈਣ ਹੈ ਸਾਡੀ, ਭੈਣ ਜਿਹੜੀ ਉਹ ਆਪਣਾ ਕੁਰਕਸ਼ੇਤਰ ਦੇ ਲਾਗੇ ਸਿੰਘਪੁਰਾ ਪਿੰਡ 'ਚ ਰਹਿੰਦੇ ਨੇ, ਬੜਾ ਅੱਛਾ ਉਹਨਾਂ ਦੇ ਇੱਕ ਬੇਟਾ ਹੈ ਅਤੇ ਅਸੀਂ ਦੋ ਭਰਾ ਦੋਨੋਂ ਹੀ ਉੱਥੇ ਹਾਂ। ਅਤੇ ਬਿਜ਼ਨਸ ਵਾਈਜ਼ ਬ੍ਰਦਰ ਮੇਰਾ ਜਿਹੜਾ ਇੰਡੀਆਨਾ, ਅਤੇ ਮੈਂ ਜਿੰਨੇ ਵੀ ਇੰਡੀਆਨਾ ਦੇ ਸਾਡੇ ਬਿਜ਼ਨਸ ਨੇ ਉਹਦੀ ਮੈਂ ਟੇਕ ਓਵਰ ਕਰਨਾ, ਅਤੇ ਛੋਟਾ ਜਿਹੜਾ ਬ੍ਰਦਰ ਹੈ ਉਹ ਨਵਾਡਾ ਅਤੇ ਕੈਲੀਫੋਰਨੀਆ ਦੇ ਬਿਜ਼ਨਸ ਦੀ ਟੇਕ ਕੇਅਰ ਕਰਦੇ ਨੇ। ਇਹਦੇ ਨਾਲ ਨਾਲ ਮੇਰੇ ਮਾਮਾ ਜੀ ਦਾ ਬੇਟਾ ਜਿਹੜਾ, ਖਾਸ ਕਰਕੇ ਮੇਰਾ ਪੂਰੀ ਸੱਜੀ ਬਾਂਹ ਹੈ ਕੁਲਦੀਪ ਸਿੰਘ, ਉਹ ਜਿਹੜਾ ਜਦੋਂ ਮੇਰੀ ਐਬਸੈਂਸ ਦੇ ਵਿੱਚ ਉਹਨੂੰ ਟੇਕ ਕੇਅਰ ਕਰਦਾ। ਔਰ ਮੇਰੇ ਪਿਤਾ ਜੀ ਜਿਹੜੇ, ਮੈਂ ਦੱਸਣਾ ਚਾਹੁੰਦਾ ਕਿ ਮੇਰੇ ਪਿਤਾ ਜੀ ਨਿਹੰਗ ਸਿੰਘ ਸੀਗੇ ਔਰ ਨਿਹੰਗੀ ਬਾਣਾ 'ਚ ਹੀ ਰਹਿੰਦੇ ਸੀ, ਇਸ ਕਰਕੇ ਮੈਂ ਬਾਣਾ ਵੀ ਪਹਿਰਦਾ ਵਾਂ। ਔਰ ਮੈਂ ਇੱਕ ਹੋਰ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ ਦੇ ਜ਼ਿਆਦਾ ਇਹ 'ਚ ਸਿਕਸ ਪੈਕ 'ਚ ਐਕਟਿਵ ਹੋਏ ਹਾਂ, ਕਿਉਂਕਿ ਉਸ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ, ਮੇਰੇ ਪਿਤਾ ਜੀ ਦੀ ਚੜ੍ਹਾਈ ਕਰਨ ਤੋਂ ਬਾਅਦ ਮੈਂ ਬਾਣਾ ਪਹਿਰਦਾ ਸੀ। ਔਰ ਬਹੁਤ ਸਾਰੀਆਂ ਕਾਲ ਇਹ ਆਈਆਂ ਕਿ ਠੀਕ ਹੈ ਤੁਸੀਂ ਬਾਣਾ ਪਹਿਰਦੇ ਹੋ, ਬੜੀ ਅੱਛੀ ਗੱਲ ਹੈ, ਪਰ ਇਫ ਯੂ ਵਾਂਟ ਟੂ ਗਿਵ ਏ ਡਿਫਰੈਂਟ ਡਾਇਰੈਕਸ਼ਨ, ਮਤਲਬ ਕਿ ਅਮਰੀਕਾ ਦੀ ਪੋਲੀਟਿਕਸ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖ ਐਗਰੈਸ, ਮਤਲਬ ਕਿ ਇਹਦੇ ਵਿੱਚ ਆਉਣ ਜ਼ਿਆਦਾ ਔਰ ਉਹਦੇ ਵਿੱਚ ਆਪਣਾ ਇੱਕ ਯੋਗਦਾਨ ਦੇਣ, ਅਤੇ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਉਹਦੇ ਵਿੱਚ ਜਿਹੜਾ ਬਾਣਾ ਥੋੜ੍ਹਾ ਘੱਟ ਪਾ ਕੇ ਅਤੇ ਇਸ ਰੂਪ 'ਚ ਹੀ ਆਉਣਾ ਚਾਹੀਦਾ ਕਿ ਅਮੈਰੀਕਨਸ ਨੂੰ ਇਹ ਪਤਾ ਲੱਗੇ ਕਿ ਜਿਹੜਾ ਜਿਹੜੇ ਮਜੋਰਟੀ ਆਫ ਸਿੱਖ ਨੇ ਉਹ ਇਸ ਤਰ੍ਹਾਂ ਦਾ ਬਾਣਾ ਪਹਿਰਦੇ ਨੇ, ਨਾ ਕਿ ਆਪਣਾ ਨਿਹੰਗੀ ਬਾਣਾ ਪਹਿਰਦੇ ਨੇ। ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਕਿ ਕਦੀ ਤੁਹਾਨੂੰ ਇਸ ਤਰੀਕੇ ਨਾਲ ਕਾਰੋਬਾਰੀ ਤੌਰ 'ਤੇ ਸਥਾਪਤੀ ਦੇ ਵਿੱਚ, ਜਾਂ ਜਿਵੇਂ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਦੇ ਪਏ ਹੋ, ਕਦੀ ਇਹ ਲੱਗਿਆ ਕਿ ਰਾਜਨੀਤੀ ਦੇ ਵਿੱਚ ਜੇ ਇੰਡੀਆ 'ਚ ਹੁੰਦੇ ਤਾਂ ਜ਼ਿਆਦਾ ਕਾਰੋਬਾਰੀ ਤੌਰ ਪੋਲੀਟੀਕਲੀ ਸਥਾਪਿਤ ਹੋ ਜਾਣਾ ਸੀਗਾ, ਤੁਸੀਂ ਉੱਥੇ ਕਾਫੀ ਪ੍ਰਾਪਤੀਆਂ ਕਰ ਲਈਆਂ ਨੇ ਹੁਣ ਅਮੈਰੀਕਾ ਦੇ ਵਿੱਚ ਰਾਜਨੀਤਿਕ ਤੌਰ 'ਤੇ, ਕਦੀ ਮਨ 'ਚ ਆਇਆ ਕਿ ਜੇ ਇੰਡੀਆ 'ਚ ਹੁੰਦੇ ਤਾਂ ਆਹ ਅਚੀਵਮੈਂਟ ਕਰ ਲੈਂਦੇ? ਕਿਉਂਕਿ ਆਪਣੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ, ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਕਦੀ ਹੀਰਵਾ ਮਨ 'ਚ ਮਹਿਸੂਸ ਹੁੰਦਾ? ਨਹੀਂ, ਕਦੇ ਵੀ ਨਹੀਂ ਹੋਇਆ। ਔਰ ਮੇਰਾ ਕਦੇ ਵੀ ਇਹ ਮਕਸਦ ਨਹੀਂ ਸੀ ਕਿ ਅਮਰੀਕਾ ਦੀ, ਜਦੋਂ ਅਮਰੀਕਾ ਗਏ ਵੀ ਹਾਂ ਕਿ ਅਮਰੀਕਾ ਇੰਡੀਆ 'ਚ ਵੀ ਕਿਸੇ ਪੋਲੀਟਿਕਸ 'ਚ ਆਉਣਾ ਸੀ ਜਾਂ ਅਮਰੀਕਾ 'ਚ ਵੀ ਕਿਸੇ ਪੋਲੀਟਿਕਸ 'ਚ ਆਉਣਾ ਸੀ। ਅੱਜ ਤੱਕ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ, ਕਦੀ ਵੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਪੋਲੀਟਿਕਸ ਦੇ ਵਿੱਚ ਵੀ ਇੰਟਰਫੇਅਰ ਨਹੀਂ ਕੀਤਾ। ਪਰ ਜਦੋਂ ਇਹ ਲੱਗਾ ਕਿ ਸਾਡਾ ਜਿਹੜੀ ਵੱਧਦੀ ਹੋਈ ਜਿਹੜੀ ਇਹ ਜਿਹੜੀ ਸੈਕਟੇਰੀਅਨ ਵਾਇਲੈਂਸ ਅਤੇ ਹੇਟ ਕ੍ਰਾਈਮ ਅਗੇਂਸਟ ਸਿੱਖਸ ਬਿਕਾਜ਼ ਆਫ ਦੇ ਆਵਰ ਆਈਡੈਂਟੀ ਐਂਡ ਵਟ ਵੀ ਵੀਅਰ, ਉਹਦੇ ਕਰਕੇ ਜਿਹੜਾ ਹੋ ਰਿਹਾ, ਉਹਦੇ ਕਰਕੇ ਲੱਗਾ ਕਿ ਸੰਬੜੀ ਹੈਜ਼ ਟੂ ਟੇਕ ਇਨੀਸ਼ੀਏਟਿਵ। ਆਈ ਵਾਜ਼ ਨੈਵਰ, ਆਈ ਫੀਲ ਲਾਈਕ ਆਈ ਵਾਜ਼ ਨਾਟ ਮੈਂਟ ਫੋਰ ਅ ਪੋਲੀਟਿਕਸ, ਬਟ ਇਟਸ ਨਾਟ ਅ ਪੋਲੀਟਿਕਸ ਥਿੰਗ। ਇਸ ਮਾਨੇ ਹੋਇਆ ਕਿ ਸੰਬੜੀ ਹੈਜ਼ ਟੂ ਕਮ ਫਾਰਵਰਡ, ਨਾਟ ਜਸਟ ਮੀ। ਮੇਰਾ ਮਕਸਦ, ਸਾਡਾ ਜੋ ਸਿਕਸ ਪੈਕ ਦਾ ਮਕਸਦ ਇਹ ਕਿ ਜਿੰਨਾ ਵੀ ਯੂਥ ਹੈ ਉੱਥੋਂ ਦਾ, ਉਹਨੂੰ ਇੱਕ ਨਵੀਂ ਡਾਇਰੈਕਸ਼ਨ ਦਿੱਤੀ ਜਾਏ, ਕਿਉਂਕਿ ਜਿੰਨਾ ਚਿਰ ਤੱਕ ਇਫ ਵੀ ਆਰ ਨਾਟ ਔਨ ਦ ਟੇਬਲ ਦੈਨ ਵੀ ਆਰ ਇਨ ਦ ਮੈਨਿਊ, ਅਤੇ ਸਾਡੀ ਜਿੰਨਾ ਚਿਰ ਤੱਕ ਅਸੀਂ ਪੋਲੀਟਿਕਸ ਦੇ ਵਿੱਚ ਨਹੀਂ ਹੋਵਾਂਗੇ, ਅਸੀਂ ਉਹਨਾਂ ਦੇ ਰਹਿਮੋ ਕਰਮ 'ਤੇ ਹਾਂ। ਵੀ ਨੀਡ ਟੂ ਗਿਵ ਆਵਰ ਸਰਵਿਸਿਸ ਬੈਕ ਇਨ ਦ ਮਿਲਟਰੀ ਐਂਡ ਇਨ ਦ ਪਬਲਿਕ ਆਫਿਸਿਸ, ਸੋ ਦੈਟ ਵੀ ਕੁਡ ਹੈਵ ਦੀ ਇਕੁਅਲ ਇਕੁਐਲਿਟੀ ਵਟ ਵੀ ਨੀਡ ਟੂ ਫੀਲ ਅਪ ਦੇਅਰ। ਇਸ ਕਰਕੇ ਕਦੇ ਵੀ ਨਹੀਂ ਹੋਇਆ ਕਿ ਅਮਰੀਕਾ ਦੇ ਵਿੱਚ ਜੇ ਮੈਂ ਇੰਡੀਆ 'ਚ ਹੁੰਦਾ ਅਤੇ ਇੱਥੇ ਹੋਰ ਤਰ੍ਹਾਂ ਹੋ ਜਾਂਦਾ, ਕਿਉਂਕਿ ਆਈ ਵਾਜ਼ ਨੈਵਰ ਮੈਂਟ ਟੂ ਬੀ ਇਨ ਇਨ ਪੋਲੀਟਿਕਸ। ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਥੋੜ੍ਹੇ ਸ਼ਬਦਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਚੈਲੰਜ ਨੇ ਇਸ ਵੇਲੇ ਇੰਡੀਅਨਸ ਨੂੰ ਇਨ ਟੋਟੈਲਿਟੀ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਤੇ ਕੀ ਕਰਨਾ ਚਾਹੀਦਾ ਆ ਸਾਡੇ ਇਸ ਵੇਲੇ? ਉਹਦੇ ਵਿੱਚ ਦੇਖੋ, ਸਭ ਤੋਂ ਵੱਡੀ ਗੱਲ ਇਹ ਕਿ ਪਹਿਲਾਂ ਤਾਂ ਮੇਰੀ ਹੱਥ ਜੋੜ ਕੇ ਸਾਰੇ ਹੀ ਸਿੱਖ ਭਾਈਚਾਰੇ ਨੂੰ ਇਹ ਬੇਨਤੀ ਹੈ ਕਿ ਆਪਣੇ ਛੋਟੇ ਮੋਟੇ ਕਿਸੇ ਵੀ, ਤੁਸੀਂ ਇੰਡੀਆ 'ਚ ਕਿਸੇ ਵੀ ਪਾਰਟੀ ਨਾਲ ਜੁੜੇ ਹੋ ਜਾਂ ਨਹੀਂ ਜੁੜੇ ਹੋ, ਜਾਂ ਇੰਡੀਆ ਅਮਰੀਕਾ 'ਚ ਵੀ ਕਿਸੇ ਵੀ ਗੁਰਦੁਆਰੇ ਜਾਂ ਧੜੇਬੰਦੀ ਨਾਲ ਜੁੜੇ ਹੋਏ ਹੋ, ਉਸ ਤੋਂ ਉੱਤੇ ਉੱਠ ਕੇ ਆਪਾਂ ਇੱਕ ਜਿਹੜਾ ਪੋਲੀਟੀਕਲ ਪਲੇਟਫਾਰਮ ਦੇ ਵਿੱਚ ਇਕੱਠੇ ਹੋਈਏ, ਜਿਹਨਾਂ 'ਚ ਸਾਡੀ ਪੋਲੀਟੀਕਲ ਵੋਇਸ ਨਹੀਂ ਬਣੇਗੀ, ਅਸੀਂ ਉਹਨਾਂ ਦੇ ਰਹਿਮੋ ਕਰਮ 'ਤੇ ਹਾਂ, ਚਾਹੇ ਗੌਰਮੈਂਟ ਕਿਸੇ ਵੀ ਕਿਸੇ ਵੀ ਪਾਰਟੀ ਦੀ ਹੋਏ, ਉਹਦੇ ਵਿੱਚ ਸਾਨੂੰ ਇਸ ਟਾਈਮ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ। ਸਾਨੂੰ ਸਿਰਫ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਪਹਿਲੀ
ਗੱਲ ਤਾਂ ਸਾਰੇ ਸਿੱਖਾਂ ਨੂੰ, ਫਿਰ ਦੂਜੀ ਗੱਲ ਇਹ ਵੇ ਕਿ ਦੇਖੋ ਸਾਨੂੰ ਗੁਰੂ ਨਾਨਕ ਦੀ ਜਿਹੜਾ ਇਨਕਲੂਸਿਵਨੈਸ ਹੈ, ਸਰਬ ਸਾਂਝੀ ਵਾਰਤਾ ਦਾ ਜਿਹੜਾ ਸਾਡਾ ਜਿਹੜਾ ਪੈਗਾਮ ਹੈ ਉਹਨੂੰ ਅੱਗੇ ਖੜਦੇ ਹੋਏ ਜਿਹੜੇ ਬਾਕੀ ਇੰਡੀਅਨ ਕਮਿਊਨਿਟੀਜ਼ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਵੀ ਨਾਲ ਲਵੋ। ਉਹਨਾਂ ਦੇ ਨਾਲ ਸਾਡੇ ਆਪਸੀ ਮਤਭੇਦ ਜਿਹੜੇ ਨੇ ਪਰਸਨਲ ਲੈਵਲ 'ਤੇ ਹੋ ਸਕਦੇ ਨੇ, ਲੇਕਿਨ ਕੁਲੈਕਟਿਵ ਐਫਰਟ ਸਾਨੂੰ ਜਿਹੜੇ ਨੇ ਪੋਲੀਟੀਕਲ ਲੈਵਲ ਦੇ ਉੱਤੇ ਉੱਥੇ ਕਰਨੇ ਪੈਣੇ ਨੇ, ਤਾਂ ਹੀ ਸਾਡੀ ਜਿਹੜੀ ਹੈ ਲੌਂਗ ਟਰਮ ਇਹਦੀ ਆਵਾਜ਼ ਨੂੰ ਸੁਣੀ ਜਾਣਾ, ਨਹੀਂ ਤਾਂ ਇਹ ਜਿਹੜੀ ਇਹੀ ਚੀਜ਼ਾਂ ਨੇ ਇੱਦਾਂ ਹੀ ਹੁੰਦੀਆਂ ਰਹਿਣਗੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਗੱਲਾਂ ਅਜੇ ਹੋਰ ਵੀ ਕਰਨ ਵਾਲੀਆਂ ਸੀਗੀਆਂ ਤੁਹਾਡੇ ਨਾਲ, ਪਰ ਕਿਉਂਕਿ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਫਿਰ ਕਿਸੇ ਵੇਲੇ ਜਿਹੜੇ ਬਾਕੀ ਪੱਖ ਨੇ ਤੁਹਾਡੀ ਜ਼ਿੰਦਗੀ ਦੇ ਅਤੇ ਤੁਹਾਡੇ ਨਿਸ਼ਾਨੇ ਨੇ, ਉਹਨਾਂ ਦੇ ਬਾਰੇ ਆਪਾਂ ਫਿਰ ਕਿਸੇ ਵੇਲੇ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਟਾਈਮ ਦਿੱਤਾ, ਸਾਡੇ ਸਟੂਡੀਓ 'ਚ ਪਹੁੰਚੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਧਨੋਆ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਨਾਲ ਹੀ ਸਾਰੇ ਜਿਹੜਾ PTC ਅਦਾਰਾ ਇਹਨਾਂ ਦਾ ਬਹੁਤ ਧੰਨਵਾਦ, ਜਿਹੜੇ ਕਿ ਬਹੁਤ ਹੀ ਸੇਵਾ ਕਰ ਰਹੇ ਨੇ ਇੰਡੀਆ ਦੀ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਇਹ ਸਾਡੀ ਜਿਹੜੀ ਸਿੱਖੀ ਦੀ ਜਾਂ ਜਿਹੜੀ ਪੰਜਾਬੀ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ। ਥੈਂਕ ਯੂ, ਬਹੁਤ ਮਿਹਰਬਾਨੀ। ਥੈਂਕ ਯੂ। ਗੁਰਿੰਦਰ ਸਿੰਘ ਖਾਲਸਾ ਆਪਣੀ ਜ਼ਿੰਦਗੀ ਦੇ ਤਜ਼ਰਬੇ ਅਤੇ ਆਪਣੀਆਂ ਉਹਨਾਂ ਪ੍ਰਾਪਤੀਆਂ ਦੇ ਬਾਰੇ ਜਾਂ ਜੋ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਮਕਸਦ ਆ, ਉਹਨਾਂ ਦੇ ਬਾਰੇ ਗੱਲ ਕਰ ਰਿਹਾ ਸੀ। ਇਹੋ ਜਿਹਾ ਹੀ ਕੋਈ ਹੋਰ ਪ੍ਰੋਗਰਾਮ ਲੈ ਕੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ।